ਲਾਈਵ ਹੋਏ ਹਾਂ ਜੀ ਸਿੰਘੂ ਬਾਰਡਰ ਤੋਂ, ਅਤੇ ਇਸ ਵੇਲੇ ਰਾਤ ਦੇ ਪੂਰੇ 2 ਵੱਜ ਚੁੱਕੇ ਨੇ ਅਤੇ ਅਸੀਂ ਸਿੰਘੂ ਬਾਰਡਰ 'ਤੇ ਕਿਲ੍ਹਾ ਆਨੰਦਗੜ੍ਹ ਵਾਲੇ ਬਾਬਿਆਂ ਦਾ ਜਿਹੜਾ ਲੰਗਰ ਹੈ ਉੱਥੇ ਖੜ੍ਹੇ ਹਾਂ ਇਸ ਟਾਈਮ। ਵੇਖੋ ਜਿਹੜੇ ਵੀ ਲੰਗਰ ਇੱਥੇ ਚੱਲ ਰਹੇ ਆ ਬਾਰਡਰਾਂ ਦੇ ਉੱਤੇ, ਇਸ ਅੰਦੋਲਨ ਨੂੰ ਚਲਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਰੀੜ੍ਹ ਦੀ ਹੱਡੀ ਆਪਾਂ ਆਖ ਸਕਦੇ ਹਾਂ ਜਿਹੜੇ ਇੱਥੇ ਚੱਲਦੇ ਲੰਗਰ ਨੇ, ਅਤੇ ਸਾਰੇ ਹੀ ਲੰਗਰਾਂ ਦਾ ਮਤਲਬ ਤਹਿਲ ਦਿਲ ਤੋਂ ਧੰਨਵਾਦ ਆ। ਆਪਾਂ ਬਾਬਾ ਜੀ ਨਾਲ ਗੱਲ ਕਰਦੇ ਹਾਂ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਵਾਹਿਗੁਰੂ ਜੀ ਤੁਹਾਡਾ? ਸਾਡਾ ਨਾਮ ਬਲਵਿੰਦਰ ਸਿੰਘ। ਅੱਛਾ ਜੀ, ਅਤੇ ਲੰਗਰ ਕਿੰਨਾ ਸਮਾਂ ਚੱਲਦਾ ਹੈ? ਇਹ ਲੰਗਰ 24 ਘੰਟੇ ਚੱਲਦਾ ਜੀ। ਅੱਛਾ ਜੀ, 24 ਘੰਟੇ। ਅਤੇ ਤੁਹਾਡੀ ਕਿੰਨਾ ਟਾਈਮ ਡਿਊਟੀ ਹੁੰਦੀ ਹੈ? ਸਾਡੀ 7 ਵਜੇ ਲੈ ਕੇ ਸਵੇਰੇ 10 ਤੱਕ। ਅੱਛਾ ਜੀ, ਠੀਕ ਹੈ, ਸਾਰੀ ਰਾਤ ਮਤਲਬ ਅਗਲੇ ਸਵੇਰ 10 ਵਜੇ ਤੱਕ। ਬਹੁਤ ਚਲੋ, ਪਰਮਾਤਮਾ ਦੀ ਕਿਰਪਾ ਹੈ ਤੁਹਾਡੇ 'ਤੇ, ਅਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਇੰਨੀ ਸੇਵਾ ਤੁਸੀਂ ਕਰਦੇ ਹੋ। ਆਹ ਵੇਖੋ, ਰਾਤ ਨੂੰ ਸੰਗਤ ਪ੍ਰਸ਼ਾਦਾ ਛੱਕ ਵੀ ਰਹੀ ਹੈ 2 ਵਜੇ ਦੇ ਕਰੀਬ। ਅਤੇ ਇੱਥੇ ਇੱਕ ਹੋਰ ਸਿੰਘ ਨੇ ਜਿਹੜੇ ਚਾਹ ਬਣਾ ਰਹੇ ਆ, ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੀ ਇੱਥੇ ਬਾਬਾ ਜੀ ਦੇ ਨਾਲ ਬੈਠੇ ਹੋਏ ਆ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਸਿਰਸਾ ਸਾਹਿਬ, ਥੋੜ੍ਹਾ ਲੰਗਰ ਬਾਰੇ ਦੱਸੋ, ਅਤੇ ਆਪਣਾ ਧੰਨਵਾਦ ਵੀ ਕਰਨਾ ਬਣਦਾ ਸਾਰੇ ਲੰਗਰਾਂ ਦਾ ਹੀ। ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਰਾਤ ਦੇ 2 ਵਜੇ ਇਹ 24 ਘੰਟੇ ਲੰਗਰ ਚੱਲਦਾ। ਇਹ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਦੇ ਨਾਂ ਦੇ ਉੱਤੇ ਲੰਗਰ ਚੱਲਦਾ, ਜੋ ਕਿ ਬਾਬਾ ਲਾਭ ਸਿੰਘ ਜੀ, ਉਸ ਤੋਂ ਬਾਅਦ ਬਾਬਾ ਭਲਵਾਨ ਜੀ ਸਾਹਿਬ, ਭਗਤ ਸਿੰਘ ਭਲਵਾਨ, ਉਸ ਤੋਂ ਬਾਅਦ ਹੁਣ ਜਥੇਦਾਰ ਬਾਬਾ ਸੁੱਚਾ ਸਿੰਘ ਨੇ ਇੱਥੇ ਆਵੇ ਬਾਬਾ ਸਤਨਾਮ ਸਿੰਘ, ਅਤੇ ਇਹ ਹੁਣ ਬਾਬਾ ਮੁਨਸ਼ੀ ਜੀ, ਜਿਹੜੇ ਕਿ ਬਾਬਾ ਭਲਵਾਨ ਜੀ ਦੇ ਨਾਲ ਇਹ ਗੱਡੀ ਚਲਾਉਂਦੇ ਹੁੰਦੇ ਸੀ। ਇਹ ਲਗਾਤਾਰ ਰਾਤ ਦਿਨ ਇੱਥੇ ਤੁਹਾਡੇ ਸਾਹਮਣੇ ਸੇਵਾ ਚੱਲਦੀ ਹੈ, ਔਰ 18-18 ਘੰਟੇ ਇਹ ਜਿਹੜੀ ਆ ਲਗਾਤਾਰ ਸੇਵਾ, ਰਾਤ ਵੀ ਸਾਰੀ ਡਿਊਟੀ, ਸਵੇਰੇ 5-6 ਘੰਟੇ ਇਹਨਾਂ ਨੇ ਦਿਨੇ ਸੌਣਾ। ਇਸੇ ਤਰ੍ਹਾਂ ਬਾਕੀ ਜਿੰਨੇ ਵੀ ਲੰਗਰ, ਸਾਰੇ ਲੰਗਰਾਂ ਦੀ ਜਿਹੜੀ ਸੇਵਾ ਕਰ ਰਹੇ ਨੇ, ਜਿੰਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਜਾਂ ਹੋਰ ਨਿੱਜੀ ਤੌਰ 'ਤੇ ਲੋਕਾਂ ਨੇ ਲੰਗਰ ਲਾਏ ਨੇ, ਇਹ ਬਹੁਤ ਹੀ ਇੱਕ ਵੱਡੀ ਗੱਲ ਹੈ। ਅਤੇ ਇਹਨਾਂ ਦਾ ਧੰਨਵਾਦ ਜਿਹੜੀ ਗੱਲ ਹੈ, ਅਤੇ ਸਾਡੇ ਕੋਲ ਤਾਂ ਉਹ ਸ਼ਬਦ ਹੈ ਹੀ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰ ਸਕੀਏ, ਕਿਉਂਕਿ ਜਿਹੜੇ ਲੰਗਰ ਹੈ ਨਾ, ਲੰਗਰਾਂ ਦੇ ਸਿਰ 'ਤੇ ਹੀ ਇਹ ਧਰਨੇ ਚੱਲ ਰਹੇ, ਅੱਜ 5 ਮਹੀਨੇ ਹੋ ਗਏ ਨੇ ਲਗਾਤਾਰ। ਫਿਰ ਇਹ ਗੱਲ ਹੈ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਚੱਲ ਰਿਹਾ, ਜੇ KMP ਰੋਕੋ ਉੱਥੇ ਲੰਗਰ, ਜਾਂ ਹੋਰ ਕਿਤੇ ਜਾਓ ਅਤੇ ਉੱਥੇ ਲੰਗਰ, ਜੇ ਪ੍ਰਤੀ ਪਿੱਛੇ ਦੇਖਲਾਂ, ਅਤੇ ਸਾਰਿਆਂ ਥਾਵਾਂ 'ਤੇ ਜਿਹੜੇ ਲੰਗਰ ਨੇ, ਇਹਨਾਂ ਵੱਲੋਂ ਜਿਹੜੇ ਨੇ ਲੰਗਰਾਂ ਦੀ ਸੇਵਾ ਜਿਹੜੀ ਆ ਬਹੁਤ ਵੱਡੇ ਪੱਧਰ 'ਤੇ ਜਿਹੜੀ ਕੀਤੀ ਜਾ ਰਹੀ ਹੈ। ਕਿਉਂਕਿ ਜੇ ਆਮ ਤੌਰ ਦੇ ਉੱਤੇ ਸਾਡੇ ਜਿਹੜੇ ਹਰਿਆਣੇ ਵਾਲੇ ਵੀਰ ਨੇ, ਉਹ ਇਹ ਗੱਲ ਸਾਨੂੰ ਕਹਿੰਦੇ ਨੇ ਕਿ ਜਿਹੜਾ ਤੁਹਾਡਾ ਇਹ ਲੰਗਰਾਂ ਦਾ ਪ੍ਰਬੰਧ ਹੈ, ਇਹ ਸਭ ਤੋਂ ਵੱਡੀ ਧਰਨਿਆਂ ਦੀ ਸਫਲਤਾ ਦਾ ਜਿਹੜਾ ਇਹ ਮੁੱਖ ਕਾਰਨ ਹੈ ਕਿ ਇਹ ਸਫਲਤਾ ਵੱਲ ਜਿਹੜਾ ਧਰਨਾ ਇਹ ਜਾ ਰਿਹਾ, ਉਹਦਾ ਮੁੱਖ ਰੋਲ ਜਿਹੜਾ ਉਹ ਲੰਗਰਾਂ ਦਾ ਬਾਬਾ ਕਾਰਸੇ ਵਾਲੇ ਬਾਬੇ ਬਸ ਵੱਧ। ਵਾਹਿਗੁਰੂ ਜੀ, ਤੁਸੀਂ ਦੱਸੋ ਕਿ ਤੁਹਾਡੀ ਕਿੰਨਾ ਸਮਾਂ ਡਿਊਟੀ ਹੁੰਦੀ ਹੈ? ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਡਿਊਟੀ ਇੱਦਾਂ ਕੀਤੀ ਵੀ ਸਵੇਰੇ ਆਰਾਮ ਕਰੀਦਾ, ਉੱਦਾਂ ਰਾਤ ਵੀ ਜਿਹੜੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਵਾਸਤੇ ਸੇਵਾ, ਜਿੱਦਾਂ ਵੱਖ ਵੱਖ ਦੂਜੇ ਸਿੰਘਾਂ ਨੇ ਸਵੇਰੇ ਕਰਨੀ ਹੁੰਦੀ ਹੈ, ਅਤੇ ਰਾਤ ਅਤੇ 3-4 ਘੰਟੇ ਸੌਂ ਕੇ ਬਾਈ ਫਿਰ ਸੇਵਾ 'ਤੇ ਲੱਗੇ ਰਹੀਦਾ ਇੱਥੇ ਮਹਾਰਾਜ ਕਿਰਪਾ ਪਾਤਸ਼ਾਹ ਸੇਵਾ ਲੈਣ ਦੇ ਮਹਾਰਾਜ ਆਪ। ਠੀਕ ਹੈ ਜੀ, ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।